ਝੰਡੇ ਹਾਂ ਸਰ ਜੀ ਮੇਰਾ ਪਿੰਡ ਹੈ ਅਸੀਂ ਮੋਗਾ ਡੀ ਸੀ ਦਫ਼ਤਰ ਦੇ ਬਾਅਦ ਤੁਸੀਂ ਪਰਾਲੀ ਲੈ ਕੇ ਪਹੁੰਚੋ ਕੀ ਮਾਂ ਅਸੀਂ ਪਰਾਲੀ ਇਸ ਕਰਕੇ ਲੈ ਕੇ ਪਹੁੰਚੇ ਹਾਂ ਵੀ ਸਰਕਾਰ ਕਹਿੰਦੀ ਪਰਾਲੀ ਨੂੰ ਅੱਗ ਨਾ ਲਾਓ ਅਸੀਂ ਕਹਿੰਦੇ ਹਾਂ ਵੀ ਪਰਾਲੀ ਨੂੰ ਅਸੀਂ ਅੱਗ ਨਹੀਂ ਲਾਉਂਦੇ ਪਰ ਜਿਹੜਾ ਪਰਾਲੀ ਦਾ ਪ੍ਰਬੰਧ ਹੈ ਇਹ ਸਰਕਾਰ ਕਰੇ ਸਾਡੇ ਕੋਲ ਮੂਹਰੇ ਕਣਕ ਦੀ ਬਿਜਾਈ ਵਾਸਤੇ ਸਿਰਫ ਇੱਕ ਹਫ਼ਤੇ ਦਾ ਸਮਾਂ ਬਾਕੀ ਰਹਿ ਜਾਣਾ ਜਿੱਦਾਂ ਝੋਨੇ ਦੀ ਕਟਾਈ ਸਾਰੀ ਹੋਣੀ ਹੈ ਇੱਕ ਹਫ਼ਤੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇਹ ਪਰਾਲੀ ਦਾ ਪ੍ਰਬੰਧ ਨਹੀਂ ਹੋ ਸਕਦਾ ਜਿਹੜਾ ਇਹਨਾਂ ਨੇ ਸਰਕਾਰ ਨੇ ਕਿਹਾ ਚੌਪੜਾ ਫਲਾਨਾ ਹੈ ਉਹਨਾਂ 'ਤੇ 1100 ਕਰੋੜ ਦੀ ਜਿਹੜੀ ਸਬਸਿਡੀ ਦਿੱਤੀ ਹੈ ਉਹ ਵੀ ਤਾਂ ਸਿਰਫ ਅਤੇ ਸਿਰਫ ਵੱਡੇ ਉਹ ਧਨੀ ਕਿਸਾਨਾਂ ਨੇ ਲੈ ਜਾਣੀ ਹੈ ਜਿਹੜਿਆਂ ਦੇ ਕੋਲ ਅੱਜ ਪੈਸੇ ਹੈ ਉਹ ਇਹ ਮਸ਼ੀਨਰੀ ਖਰੀਦ ਲੈਣਗੇ ਜਿਹੜੀ 2 ਕਿੱਲੇ 5 ਕਿੱਲੇ 10 ਕਿੱਲੇ ਤੱਕ ਦੀ ਕਿਸਾਨੀ ਹੈ ਉਹ ਪਹਿਲਾਂ ਹੀ ਕਰਜ਼ੇ ਦੀ ਮਾਰ ਦੇ ਹੇਠ ਆਈ ਹੋਈ ਹੈ ਕਰਜ਼ਾ ਪਹਿਲਾਂ ਹੀ ਉਹਦੇ ਸਿਰ ਬਹੁਤ ਜ਼ਿਆਦਾ ਚੜਿਆ ਹੋਇਆ ਹੁਣ ਇਹ ਜਿਹੜੇ ਆ ਸੰਦ ਹੈ ਇਹ ਵੀ ਸਰਕਾਰ ਇੱਕ ਕਰਜ਼ਾ ਹੋਰ ਦੇਣ ਦੀ ਤਿਆਰੀ ਕਰ ਰਹੀ ਹੈ ਜੇ ਸਰਕਾਰਾਂ ਦੀਆਂ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਹੁਣ ਤੱਕ ਦੀਆਂ ਰਹੀਆਂ ਉਹਨਾਂ ਦੀ ਨੀਅਤ ਨੀਤੀ ਸਾਫ਼ ਹੋਵੇ ਅੱਜ ਤੱਕ ਕਿਸੇ ਸਰਕਾਰ ਨੇ ਕਿਸਾਨੀ ਲਈ ਕੋਈ ਕਿਸਾਨ ਪੱਖੀ ਬਿੱਲ ਹੀ ਨਹੀਂ ਬਣਾਇਆ ਅਤੇ ਜਿਹੜਾ ਇਹ ਪਰਾਲੀ ਦਾ ਮੁੱਦਾ ਵਾ ਰਹੀਆਂ ਪਰ ਸਰਕਾਰਾਂ ਤਨੋ ਮਨੋ ਸਹੀ ਢੰਗ ਨਾਲ ਜੇ ਇਹਦਾ ਹੱਲ ਕਰਨਾ ਚਾਹੁਣ ਕੋਈ ਪਰਾਲੀ ਦਾ ਪ੍ਰਦੂਸ਼ਣ ਨਹੀਂ ਇਹਦਾ ਹੱਲ ਵੀ ਹੋ ਸਕਦਾ ਕਿਸਾਨ ਚਾਹੁੰਦੇ ਵੀ ਹੈ ਪਰ ਅਸੀਂ ਨਾਲ ਦੀ ਨਾਲ ਇਹ ਵੀ ਪੁੱਛਣਾ ਚਾਹੁੰਦੇ ਹਾਂ ਸਰਕਾਰ ਤੋਂ ਆਹ ਜਿਹੜਾ ਪਰਾਲੀ ਦਾ ਅੱਗ ਲਾਉਣ ਦਾ ਇਹ ਕਹਿ ਰਹੇ ਆ ਪ੍ਰਦੂਸ਼ਣ ਹੈ ਇਹ 8 ਤੋਂ 10 ਦਿਨ ਦਾ ਪ੍ਰਦੂਸ਼ਣ ਹੈ ਜਿਹੜਾ ਕਿ 100 ਦੇ ਵਿੱਚੋਂ 8% ਪ੍ਰਦੂਸ਼ਣ ਹੈ 92% ਪ੍ਰਦੂਸ਼ਣ ਉਹ ਹੈ ਜਿਹੜਾ ਸਾਰਾ ਸਾਲ ਲਗਾਤਾਰ ਫੈਲ ਰਿਹਾ ਹੈ ਉਸ ਪ੍ਰਦੂਸ਼ਣ ਬਾਰੇ ਕਦੇ ਕਿਸੇ ਸਰਕਾਰ ਨੇ ਕਦੇ ਕਿਸੇ ਬੁੱਧੀਜੀਵੀ ਨੇ ਕਦੇ ਕਿਸੇ ਸਮਾਜ ਸੇਵੀ ਨੇ ਇਹ ਗੱਲ ਨਹੀਂ ਕਹੀ ਵੀ ਆਹ ਜਿਹੜਾ ਸਾਰਾ ਸਾਲ ਪ੍ਰਦੂਸ਼ਣ ਫੈਲਦਾ ਇਹਨੂੰ ਵੀ ਬੰਦ ਕੀਤਾ ਜਾਵੇ ਸਾਨੂੰ ਹੀ ਕਿਸਾਨੀ ਨੂੰ ਘੱਟੋ ਘੱਟ ਇਹ ਨਿਸ਼ਾਨਾ ਬਣਾਇਆ ਜਾ ਰਿਹਾ ਵੀ ਪ੍ਰਦੂਸ਼ਣ ਦਾ ਜ਼ਿੰਮੇਵਾਰ ਆ ਜਿਹੜਾ ਸਿਰਫ ਇੱਥੋਂ ਦਾ ਕਿਸਾਨ ਹੈ ਜਿਹਦੀ ਕਿ ਆਲ ਦੇਸ ਪੱਧਰ 'ਤੇ ਕਿਸਾਨੀ ਦੀ ਇਹ ਬੇਇੱਜ਼ਤੀ ਕਰ ਰਹੇ ਹੈ ਜਿਹੜੇ ਪਾਸੇ ਨੂੰ ਸਰਕਾਰਾਂ ਸਾਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਾ ਦੇ ਕੇ ਜਾਂ ਹੋਰ ਕਿਸਾਨੀ ਮੁੱਦਿਆਂ 'ਤੇ ਤੁਹਾਨੂੰ ਲੱਗ ਨਹੀਂ ਰਿਹਾ ਕਿ ਪਰਾਲੀ ਸਾੜ ਕੇ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਦਾ ਲੋਕਾਂ ਦੀ ਸਿਹਤ ਨੂੰ ਵੀ ਨੁਕਸਾਨ ਹੁੰਦਾ ਇਹ ਚੀਜ਼ ਤਾਂ ਅਸੀਂ ਆਪ ਖੁਦ ਇਹਦੇ ਵਿੱਚ ਵਿਚਰਦੇ ਹਾਂ ਪਹਿਲਾਂ ਇਹ ਖੇਤ ਦੇ ਵਿੱਚ ਜਾ ਕੇ ਅੱਗ ਹੈ ਜਿਹੜੀ ਉਹ ਕਿਸਾਨ ਨੇ ਲਾਉਣੀ ਹੈ ਸਭ ਤੋਂ ਜ਼ਿਆਦਾ ਜਿਹੜਾ ਪ੍ਰਦੂਸ਼ਣ ਹੈ ਉਹ ਕਿਸਾਨ 'ਤੇ ਮਾਰ ਕਰਦਾ ਉਹਦਾ ਅੱਖਾਂ 'ਚ ਵੀ ਉਹ ਧੂੰਆਂ ਪੈਣਾ ਉਹਦੇ ਸਾਹ 'ਚ ਵੀ ਆਉਣਾ ਬਾਅਦ 'ਚ ਜਾ ਕੇ ਉੱਪਰ ਜਾਣਾ ਜਿਹੜਾ ਕਿ ਸਾਰਾ ਸਾਲ ਦਾ ਪ੍ਰਦੂਸ਼ਣ ਹੈ ਉਹਦੇ ਬਾਰੇ ਗੱਲ ਉੱਥੇ ਮੁੜ ਕੇ ਫਿਰ ਘੁੰਮ ਕੇ ਆ ਜਾਂਦੀ ਹੈ ਵੀ ਕਿਸਾਨੀ ਦਾ 8% ਪ੍ਰਦੂਸ਼ਣ ਹੈ ਸਰਕਾਰ ਪ੍ਰਬੰਧ ਕਰੇ ਤਾਂ ਇਹ ਹੱਲ ਹੋ ਸਕਦਾ ਹੈ ਇਹ ਐਡੀ ਵੱਡੀ ਕੋਈ ਸਮੱਸਿਆ ਨਹੀਂ ਨਾ ਸਾਨੂੰ ਕੋਈ ਸ਼ੌਕ ਆ ਵੀ ਜਿਹੜਾ ਅਸੀਂ ਪ੍ਰਦੂਸ਼ਣ ਫੈਲਾਉਣਾ ਹੀ ਚਾਹੁੰਦੇ ਹਾਂ ਸਾਡੀ ਤਾਂ ਇੱਕ ਮਜਬੂਰੀ ਆ ਛੋਟੇ ਕਿਸਾਨਾਂ ਦੀ ਇਹ ਅਸੀਂ ਇਹ ਮੰਗ ਵੀ ਕਰਦੇ ਹਾਂ ਵੀ ਸਰਕਾਰ ਲਗਾਤਾਰ ਜਿਹੜੀਆਂ ਦੂਜੀਆਂ ਫਸਲਾਂ ਜਿਵੇਂ ਸਾਡੀਆਂ ਮੱਕੀ ਹੈ ਹੋਰ ਕਪਾਹ ਨਰਮ ਹੈ ਮੂੰਗੀ ਆ ਮੋਠ ਹੈ ਉਹਨਾਂ ਦੇ ਸਰਕਾਰੀ ਰੇਟ ਘੱਟੋ ਘੱਟ ਗਰੰਟੀ ਤਾਂ ਹੋਵੇ ਵੀ ਆ ਮਿਲਣਗੇ ਪਰ ਉਹ ਗਰੰਟੀ ਅਸੀਂ ਦੇਖ ਰਹੇ ਹਾਂ ਸਰਕਾਰੀ ਰੇਟ ਹੈ 5400 ਰੁਪਈਆ ਨਰਮੇ ਦਾ ਅਤੇ ਅੱਜ ਮਾਨਸਾ ਮੰਡੀ ਦੇ ਵਿੱਚ ਨਰਮਾ ਕਿਹੜੇ ਭਾਅ ਦਿਖ ਰਿਹਾ 5051-5200 ਤੁਸੀਂ ਅੱਜ ਪਰਾਲੀ ਲੈ ਕੇ ਆਏ ਹੋ ਕੀ ਕਾਹਦੇ ਵਾਸਤੇ ਲੈ ਕੇ ਆਏ ਅਸੀਂ ਪਰਾਲੀ ਇਸ ਕਰਕੇ ਲੈ ਕੇ ਆਏ ਹਾਂ ਅਸੀਂ ਪ੍ਰਸ਼ਾਸਨ ਨੂੰ ਇਹ ਸੁਨੇਹਾ ਦੇਣ ਆਏ ਹਾਂ ਬਈ ਆਹ ਜਿਹੜੀ ਪਰਾਲੀ ਹੈ ਇਹ ਅਸੀਂ ਲੈ ਕੇ ਆਏ ਹਾਂ ਇਸ ਕਰਕੇ ਬਈ ਸਾਡੇ ਕੋਲ ਮੂਹਰੇ 1 ਹਫ਼ਤੇ ਦਾ ਸਮਾਂ ਬਚਣਾ ਅਸੀਂ ਬਿਜਾਈ ਕਰਨੀ ਹੈ ਜੇ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਣੀ ਤਾਂ ਅਸੀਂ ਅੱਗ ਲਾਵਾਂਗੇ ਕਿਉਂਕਿ ਸਾਡੇ ਕੋਲ ਹੋਰ ਕੋਈ ਰਾਹ ਹੀ ਹੈ ਨਹੀਂਗਾ ਛੋਟੀ ਕਿਸਾਨੀ ਕੋਲ ਨਾ ਕੋਈ ਸੰਦ ਹੈ ਕਰਜ਼ੇ ਦਾ ਪਹਿਲਾਂ ਡੁੱਬੇ ਹੋਏ ਹੈ ਇਹ ਨੀਤੀਆਂ ਜਿਹੜੀਆਂ ਇਹ ਸਰਕਾਰ ਆਪ ਸੰਦ ਲਿਆ ਕੇ ਪਰਾਲੀ ਵਾਲੇ ਕਿਸਾਨੀ ਨੂੰ ਹੋਰ ਕਰਜ਼ੇ 'ਚ ਮਾਰਨਾ ਚਾਹੁੰਦੀਆਂ ਜਦੋਂ ਕਿ ਸਰਕਾਰ ਸਾਡੀ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵੀ ਕਿਸਾਨਾਂ ਨਾਲ ਪੂਰੇ ਦੇਸ਼ 'ਚ ਵਾਅਦਾ ਕਰਕੇ ਗੱਦੀ 'ਤੇ ਬਿਰਾਜਮਾਨ ਹੋਈਆਂ ਸੀ ਕਿ ਅਸੀਂ ਸਾਨੂੰ ਸਰਕਾਰ ਦੇ ਵਿੱਚ ਆਉਣ ਦਿਓ ਅਸੀਂ ਸਮੁੱਚੇ ਕਿਸਾਨਾਂ ਦਾ ਜਿਹੜਾ ਸਮੁੱਚਾ ਕਰਜ਼ਾ ਉਹ ਮਾਫ਼ ਕਰਾਂਗੇ ਆ ਮਾਫ਼